ਕੀ ਤੁਸੀਂ ਆਪਣੀ ਪਲੱਸ ਟੂ ਨਾਨ ਮੈਡੀਕਲ ਵਿੱਚ ਕੀਤੀ ਹੈ ਐਂਡ ਆਪਣੀ ਫਰਦਰ ਸਟੱਡੀ ਲਈ ਕੈਨੇਡਾ ਜਾਣਾ ਚਾਹੁੰਦੇ ਹੋ ਬਟ ਕਨਫਿਊਜ਼ਡ ਹੋ ਕਿ ਕੀ ਬੈਂਕ ਰਿਕੁਆਇਰਮੈਂਟ ਰਵੇ ਪਰਸੈਂਟੇਜ ਰਵੇ ਜਾਂ ਫਿਰ ਕਿਹੜਾ ਕੋਰਸ ਚੂਜ਼ ਕਰੋ ਜੋ ਤੁਹਾਡਾ ਵੀਜ਼ਾ ਦੀ ਸਕਸੈਸ ਰੇਸ਼ੋ ਹਾਈ ਰਵੇ ਤਾਂ ਸਭ ਤੋਂ ਪਹਿਲੀ ਰਿਕੁਆਇਰਮੈਂਟ ਬੈਂਕ ਦੀ ਆਉਂਦੀ ਹੈ ਵਿਦਆਊਟ ਆਈਐਲਟੀਐਸ ਜਾਂ ਵਿਦਆਊਟ ਬੈਂਕ ਤੁਸੀਂ ਕੈਨੇਡਾ ਦੇ ਵਿੱਚ ਕਿਸੇ ਵੀ ਗਵਰਨਮੈਂਟ ਅਪਰੂਵਡ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰ ਸਕਦੇ ਮਿਨੀਮਮ ਬੈਂਕ ਦੀ ਰਿਕੁਆਇਰਮੈਂਟ 6 ਰਹਿੰਦੀ ਹੈ 6 ਬੈਂਕ ਹੋਣਗੇ ਤਾਂ ਤੁਸੀਂ ਆਪਣੀ ਫਾਈਲ ਗਵਰਨਮੈਂਟ ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰ ਸਕਦੇ ਹੋ ਇਸ ਤੋਂ ਬਾਅਦ ਗੱਲ ਆਉਂਦੀ ਹੈ ਆਪਣੀ ਪਰਸੈਂਟੇਜ ਦੀ ਮਿਨੀਮਮ ਪਰਸੈਂਟੇਜ 55% ਹੋਣੀ ਚਾਹੀਦੀ ਹੈ ਐਂਡ ਕੁਝ ਯੂਨੀਵਰਸਿਟੀਜ਼ ਦੀ ਰਿਕੁਆਇਰਮੈਂਟ 60% ਹੈ ਜੇ ਤੁਹਾਡੀ ਮਿਨੀਮਮ ਪਰਸੈਂਟੇਜ 55 ਹੈ ਜਾਂ 60 ਹੈ ਤਾਂ ਤੁਸੀਂ ਆਪਣੀ ਕੈਨੇਡਾ ਦੀ ਫਾਈਲ ਅਪਲਾਈ ਕਰ ਸਕਦੇ ਹੋ ਜੇ ਆਪਾਂ ਇਸਦੇ ਫੀ ਸਟਰਕਚਰ ਦੀ ਗੱਲ ਕਰੀਏ ਤਾਂ ਜੋ ਫੀ ਸਟਰਕਚਰ ਹੁੰਦਾ ਹੈ 2-3 lakh ਤੱਕ ਦਾ ਸਟਾਰਟ ਹੋ ਜਾਂਦਾ ਹੈ ਗਵਰਨਮੈਂਟ ਕਾਲਜਿਸ ਦੇ ਵਿੱਚ ਫੀਸ 2-3 lakh ਤੋਂ ਸ਼ੁਰੂਆਤ ਹੋ ਜਾਂਦੀ ਹੈ ਪਰ ਸਮੈਸਟਰ ਸਭ ਤੋਂ ਇੰਪੋਰਟੈਂਟ ਆਸਪੈਕਟ ਜੋ ਆਉਂਦਾ ਹੈ ਉਹ ਆਉਂਦਾ ਹੈ ਕੋਰਸ ਦਾ ਕਿਉਂਕਿ ਨਾਨ ਮੈਡੀਕਲ ਦੇ ਵਿੱਚ ਆਪਾਂ ਸਟੱਡੀ ਕਰਦੇ ਹਾਂ ਫਿਜ਼ਿਕਸ ਕੈਮਿਸਟਰੀ ਐਂਡ ਮੈਥ ਤਾਂ ਇਸ ਇਹਨਾਂ ਤਿੰਨਾਂ ਸਬਜੈਕਟਸ ਦੇ ਵਿੱਚੋਂ ਜਿਸ ਦੇ ਵਿੱਚ ਤੁਹਾਡੇ ਮਾਰਕਸ ਸਭ ਤੋਂ ਜ਼ਿਆਦਾ ਹੁੰਦੇ ਨੇ ਜਾਂ ਕੰਪੈਰੇਟਿਵਲੀ ਜਿਹਦੇ ਵਿੱਚ ਤੁਹਾਡਾ ਇੰਟਰਸਟ ਜ਼ਿਆਦਾ ਹੁੰਦਾ ਹੈ ਉਹ ਕੋਰਸ ਲੈ ਕੇ ਤੁਸੀਂ ਆਪਣੀ ਫਾਈਲ ਅਪਲਾਈ ਕਰ ਸਕਦੇ ਹੋ ਜਿਵੇਂ ਕਿ ਨੈਟਵਰਕਿੰਗ ਹੋ ਗਿਆ ਕੰਪਿਊਟਰ ਐਪਲੀਕੇਸ਼ਨ ਹੋ ਗਿਆ ਕੰਪਿਊਟਰ ਸਪੈਸੀਫਿਕੇਸ਼ਨ ਹੋ ਗਿਆ ਮਕੈਨੀਕਲ ਇੰਜੀਨੀਅਰਿੰਗ ਸਿਵਲ ਇੰਜੀਨੀਅਰਿੰਗ ਆਟੋਮੋਟਿਵ ਕਮਿਊਨੀਕੇਸ਼ਨ ਐਂਡ ਏਦਾਂ ਦੇ ਬਹੁਤ ਸਾਰੇ ਕੋਰਸਿਸ ਜਿਹਦੇ ਵਿੱਚ ਤੁਸੀਂ ਆਪਣੀ ਫਾਈਲ ਅਪਲਾਈ ਕਰ ਸਕਦੇ ਹੋ ਫਰਦਰ ਡਿਸਕਸ਼ਨ ਜਾਂ ਫਰਦਰ ਕੁਐਰੀ ਲਈ ਤੁਸੀਂ ਸਾਡੇ ਨੀਚੇ ਦਿੱਤੇ ਹੋਏ ਹੋਟਲਾਈਨ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਸਾਡੀ ਬ੍ਰਾਂਚ ਵਿਜ਼ਿਟ ਕਰ ਸਕਦੇ ਹੋ